اعوذ باللہ من الشیطان الرجیم بسم اللہ الرحمن الرحیم اج کا ہمارا پیج نمبر 899 ہے جی اور چیپٹر نمبر 24 کی ہم سٹڈی کر رہے ہیں جی ٹھیک ہے جی اور ٹاپک کا نیم کیا جی کومپورتا مینتی طریقہ کار وی تاتی جو منع ہے سولے استرا دے روڈ تے کی طریقہ کار ہونا جی روڈ تے بھائی جیڑے فار ایگزامپل اوپرائی اور روڈ دی صفائی کردے نے یا روڈ دی ورکنگ کردے نے उन्होंने नुकसान पहुंचाना मना है जी रोड ऊपर गंद फेंकना मना है ये होगा रोड का कोम्पोरता मेहनती रोड का तरीका कार जी ठीक है जी और इसके मतलब मैं आपको एक छोटी सारी फ़ोटो और फोटो के बाद इन शाला अपना टॉपिक हल करेंगे तो भाई कुम्पोर्ता मेहनती ड्राइवर साहब आपका गाड़ी चलाने का तरीका क्या होना चाहिए रोड पर और कौन सा तरीका आपका मना है जी आज इसकी फ़ोटो देखेंगे ਫੋਟੋ ਭਾਈ ਕੀ ਹੈ ਜੀ ਆਪਾਂ ਰੋਡ ਪਰ ਗੰਦ ਵਗੈਰਾ ਫੈਂਕਣਾ ਮਨਾ ਹੈ ਜੀ ਅ ਇਹ ਦੇਖ ਲਓ ਫੋਟੋ ਅਗਰ ਤੁਸੀਂ ਰੋਡ ਤੇ ਸਾਰੀਆਂ ਚੀਜ਼ਾਂ ਕਿੱਥੇ ਰੱਖੋ ਜਾਨਵਰਾਂ ਦਾ ਕਿੱਥੇ ਰੱਖੋ ਔਰ ਜੋ ਰੋਡ ਤੇ ਸਿਗਨਲ ਵਗੈਰਾ ਲੱਗੇ ਹੁੰਦੇ ਨੇ ਇਨ ਨੂੰ ਤੋੜਨਾ ਵੀ ਮਨਾ ਹੈ ਜੀ ਠੀਕ ਹੈ ਜੀ ਜੋ ਸੜੋਡ ਤੇ ਸਿਗਨਲ ਵਗੈਰਾ ਲੱਗੇ ਹੁੰਦੇ ਨੇ ਇਨ ਸਿਗਨਲ ਵਗੈਰਾ ਕੋ ਤੋੜਨਾ ਵੀ ਮਨਾ ਹੈ ਜੀ ਤਾਂ ਸਵਾਲ ਇਸ ਕੇ ਮਤਲਬਕ ਹਮ ਟਾਪਿਕ ਪੜ੍ਹਨਗੇ ਅ ਦੂਸਰੀ ਬਾਤ ਇਹ ਕਰੇਗਾ ਭਾਈ ਰੋਡ ਕੋ ਗੰਦਾ ਕਰਨਾ ਵੀ ਮਨਾ ਹੈ ਜੀ ਰੋਡ ਪਰ ਆਪਕਾ ਜੀ ਜਿੱਤਾਰੇ ਚੀਜ਼ੇ ਨਹੀਂ ਫੈਂਕ ਸਕਤੇ ਤਾਂ ਸਵਾਲ ਨੰਬਰ 1 ਕੀ ਸਟਡੀ ਕਰਨੇ ਜਾ ਰਹੇ ਆ ਏ ਵਿਆ ਤਤੋ ਮਨਾ ਹੈ ਦਾਨੇ ਜਾਰੇ ਨੁਕਸਾਨ ਬਈ ਕਰਨਾ ਉਪਰੇ ਜੋ ਪਰਾਈਓ ਜੋ ਲੋਗ ਇਮਪੀਅੰਤੀਸਤਰਾ ਦਾਲੇ ਰੋਡ ਦੀ ਵਰਕਿੰਗ ਕਰਦੇ ਨੇ ਬਈ ਰੋਡ ਤੇ ਕੰਮ ਕਾਜ ਕਰਦੇ ਨੇ ਉਹਨਾਂ ਨੂੰ ਨੁਕਸਾਨ ਪਹੁੰਚਾਣਾ ਮਨਾ ਹੈ ਸਵਾਲ ਡੜਾ ਵੀ ਰੋ ਗਿਆ ਜੀ ਸਵਾਲ ਨੰਬਰ 2 ਕੀ ਸਟਡੀ ਕਰਨੇ ਜਾ ਰਹੇ ਆ ਏ ਵਿਆ ਤਤੋ ਮਨਾ ਜੇ ਤਾਰੇ ਕੇ ਸਵਾਲ ਵੀ ਰਹਤੇ ਆ ਜੀ ਜੇ ਤਾਰੇ ਆਪ ਨਿਸ਼ਾਨੀ ਰੱਖ ਲੈ ਜੇ ਤਾਰੇ ਦਾ ਮਤਲਬ ਹੈ ਫੈਂਕਣਾ ਮਨਾ ਹੈ ਭਾਈ ਜੇ ਤਾਰੇ ਫੈਂਕਣਾ ਉਹ ਜੇਤੀ ਚੀਜ਼ਾਂ ਰਿਫਿਉਤੀ ਗੰਦ ਦੇ ਵੇਹ ਕੋਲੀ ਅਗਰ ਤੁਹਾਡੀ ਗੱਡੀ ਮੂਵਮੈਂਟ ਤੋਂ ਗੱਡੀ ਨੂੰ ਤੁਸੀਂ ਚਲਾ ਰਹੇ ਹੋ ਔਰ ਗੱਡੀ ਚਲਦੀ ਤੇ ਦਰਮਿਆਨ ਕਿਹਾ ਜੀ ਜੇ ਤਾਰੇ ਫੈਂਕਣਾ ਚੀਜ਼ਾਂ ਨੂੰ ਕਾ ਫੈਂਕਣਾ ਗੰਦ ਕਾ ਫੈਂਕਣਾ ਮਨਾ ਹੈ ਸਵਾਲ ਨੰਬਰ ਕਵੈਰ ਹੋ ਗਿਆ ਜੀ ਠੀਕ ਹੈ ਜੀ ਸਵਾਲ ਨੰਬਰ 3 ਮੈਂ ਕੀ ਕਹਿ ਰਹਾ ਭਾਈ ਇਹ ਵਿਅਤਾ ਤੋਂ ਮਨਾ ਹੈ ਸਪੋਰਕਾਰੇ ਗੰਦਾ ਕਰਨਾ ਲਾ ਕਰੇ ਜਾਂਦਾ ਰੋਡ ਕੋ ਗੰਦਾ ਕਰਨਾ ਮਨਾ ਹੈ ਜੀ ਦੇਪੋਜੀਦਾਨ ਦੋਰੀ ਫਿਉਤੀ ਜੋ ਗੰਦ ਤੁਹਾਡੇ ਕੋਲ ਹੁੰਦਾ ਹੈ ਬਾਈ ਇੱਕ ਸ਼ਾਪਰ ਵਗੈਰਾ ਵਿੱਚ ਉਹ ਫੈਂਕ ਕੇ ਰੋਡ ਨੂੰ ਗੰਦਾ ਕਰਨਾ ਮਨਾ ਹੈ ਸਵਾਲ ਤੁਹਾਡਾ ਬਿਰੋ ਹੋ ਗਿਆ ਜੀ ਔਰ ਸਵਾਲ ਨੰਬਰ 4 ਕੀ ਹਮ ਸਟਡੀ ਕਰਨੇ ਜਾ ਰਹੇ ਹਾਂ 4 ਮੇਂ ਕਹਤਾ ਹੈ ਐਵੀਆ ਤਾ ਤੋ ਮਨਾ ਹੈ ਇ ਮੇਤਰਸੀ ਐਂਟਰੀ ਕਰਨਾ ਸੋਲਿਸ ਤਰਾਦੇ ਰੋਡ ਕੇ ਉਪਰ ਕੋਲ ਨੇ ਰੋਤੇ ਅਗਰ ਤੁਹਾਡੀ ਗੱਡੀ ਦੇ ਜੋ ਟਾਇਰ ਨੇ ਦਿਲਵੇਈ ਕੋਲੀ ਕੇ ਸਪੋਰ ਕੇ ਗੰਦੇ ਹੈ ਜਾਂ ਉਹਨਾਂ ਕੇ ਸਾਥ ਦੀ ਫਾਂਗੋ ਕੀਚੜਾ ਜੀ ਠੀਕ ਹੈ ਜੀ ਮਨਾ ਹੈ ਗੱਡੀ ਕੀ ਐਂਟਰੀ ਕਰਨਾ ਰੋਡ ਪਰ ਅਗਰ ਤੁਹਾਡੀ ਗੱਡੀ ਦੇ ਟਾਇਰ ਗੰਦੇ ਨੇ ਔਰ ਉਹਨਾਂ ਨਾਲ ਫਾਂਗੋ ਕੀਚੜੇ ਸਵਾਲ ਆਪਕਾ ਵਿਰ ਹੋ ਗਿਆ ਜੀ ਠੀਕ ਹੈ ਜੀ ਸਵਾਲ ਤੁਹਾਡਾ ਦਰੁਸਤ ਹੋ ਗਿਆ ਵਿਰ ਹੋ ਗਿਆ ਜੀ ਕਿਸੇ ਕਿਸਮ ਦੀ ਸਮਝ ਨਾਏ ਆਪਣਾ ਸਵਾਲ ਤੁਸੀਂ ਪੁੱਛ ਸਕਦੇ ਹੋ ਸਰ ਜੀ ਸਾਨੂੰ ਸਵਾਲ ਨਹੀਂ ਆ ਦੁਬਾਰਾ ਸਮਝਾਓਗੇ ਮੈਂ ਇਸ ਨਾਲ ਦੁਬਾਰਾ ਸਮਝਾਂਗਾ ਜੀ ਠੀਕ ਹੈ ਜੀ तो ऊपर कोई निशाना छो आया तो मैं प्लीज़ इन्फॉर्म कर देना उस अरबे देख रहे हो थैंक यू सवाल नंबर फाइव क्या है जी सुले स्तरा सारे रोड के ऊपर ये ता मना है एसर चितारसी सीखना गुई गुजरा ड्राइविंग सीखना मन है रोडाते भाई अगर रोड के ऊपर ड्राइविंग नहीं सीखागे क्या हम समंदर में जाकर सीखेंगे जी तो इसको हम क्या करेंगे हम फालसू करेंगे जी जो सवाल नंबर फाइव मैंने पढ़ाया है बहुत ज़्यादा दोस्तों का ये फालसू ये गलत होता है ਇਸ ਕੋ ਵੇਰੋ ਕਰ ਦਿੱਤਾ ਲੇਕਿਨ ਆਪਨੇ ਇਸ ਕੋ ਫਾਲਸੂ ਕਰਨਾ ਹੈ ਸਵਾਲ ਨੰਬਰ 5 ਮੇ ਕਹਤਾ ਸਤੁਤੇਲੇ ਸਟਰਾਡੇ ਸਾਰੇ ਰੋਡਾਂ ਤੇ ਸੋਨੋ ਵੀਏ ਤਾਤੀ ਮਨਾ ਹੈ ਲੀ ਅਵੀਜ਼ਾ ਤੋਰੀ ਅਕੁਸਤੀਚੀ ਹਰਨ ਮਜਾਣਾ ਗੱਡੀ ਦਾ ਅਰਨ ਮਜਾਣਾ ਸਾਰੇ ਰੋਡਾਂ ਦੇ ਮਨਾ ਨਹੀਂ ਭਾਈ ਜਿੱਥੇ ਪੈਰੀ ਕੋਲ ਖਤਰਾ ਆ ਜੇ ਉੱਥੇ ਤੁਸੀਂ ਹਰਨ ਮਜਾ ਸਕਦੇ ਹੋ ਮਨਾ ਨਾ ਕਰੇ ਮਨਾ ਕੀ ਬਾਤ ਹਮ ਫਾਲਸੂ ਕਰਾਂਗੇ ਨੁਕਲ ਤਰਖਾਂਗੇ ਜੀ ਅੱਗੇ ਚਲਾਂਗੇ ਭਾਈ ਪੇਜ ਨੰਬਰ ਆਪਣਾ ਸਵਾਲ ਨੰਬਰ 7 ਦੀ ਗੱਲ ਕਰਾਂਗੇ ਕਹਿੰਦਾ ਹੈ ਸੂਤ ਉਤਲੇ ਸਤਰਾ ਦੇ ਸਾਰਿਆਂ ਰੋਡਾਂ ਦੇ ਉੱਤੇ ਇਹ ਵਿਯਾ ਤਤਮਨ ਹੈ ਤ੍ਰਾਂਜੀ ਤੋਂ ਚਨਨ ਦੀ ਵੇਹ ਕੋਲੀ ਐਸੀ ਗਾੜੀ ਕਾ ਕੇ ਸੁਪੇਰਾਨੋ ਜਿਸ ਕਾ ਉਪਰ ਹੈ 10 ਮੀਟਰ ਸੇ ਲੁੰਗੇ ਜਿਸ ਦੇ ਚਿ ਮੇਤਰੀ ਜਿਸ ਗਾੜੀ ਕੀ ਲੰਬਾਈ 10 ਮੀਟਰ ਸੇ ਉਪਰ ਹੈ ਬਈ ਉਸ ਕਾ ਚਲ ਨਹੀਂ ਮਨ ਹੈ ਸਵਾਲੋ ਕਾ ਫਾਲਸੋ 10 ਮੀਟਰ ਲੇ ਫਿਰ ਕਿੱਥੇ ਜਾਏਗੀ ਜੀ ਝੂਠ ਬੋਲ ਰਿਹਾ ਸਵਾਲ ਨੰਬਰ 8 ਹਮ ਪੜ੍ਹੰਗੇ ਸਵਾਲ ਨੰਬਰ 8 ਮੈਂ ਕਹਤਾ ਹੈ ਐ ਵੀ ਇਹ ਤਾਤੋ ਮਨਾ ਹੈ ਪਰ ਕੇ ਜਾ ਰਹੇ ਗੱਡੀ ਪਾਰਕਿੰਗ ਕਰਨਾ ਨੀਲੇ ਜ਼ੋਨੇ ਜੋ ਹਿੱਸੇ ਰੈਜ਼ਿਡੈਂਸ ਵਾਲੇ ਜਿੱਥੇ ਰੈਜ਼ਿਡੈਂਸ ਦੇ ਲੋਕਾਂ ਨੇ ਬਣੇ ਹੁੰਦੇ ਨੇ ਉੱਥੇ ਤੁਸੀਂ ਗੱਡੀ ਪਾਰਕਿੰਗ ਨਹੀਂ ਕਰ ਸਕਦੇ ਰੋਜ਼ ਮਰ ਲਾ ਜ਼ਿੰਦਗੀ ਦੇਖ ਲਓ ਜਿੱਥੇ ਰੈਜ਼ਿਡੈਂਸ ਸੇ ਘਰਤ ਦਿਨ ਦਿੱਤਾ ਬਣੇ ਹੁੰਦੇ ਨੇ ਉੱਥੇ ਬਈ ਪਾਰਕੇ ਚੋਂਦੀ ਕਿਉਂ ਨਹੀਂ ਹੁੰਦੀ ਮੈਂ ਸਿੱਤ ਤੁਹਾਨੂੰ ਉਹਨੇ ਫੋਟੋ ਦਿਖਾ ਦੇਣਾ ਕਹਿੰਦਾ ਜਿੱਥੇ ਲੋਕਾਂ ਦੇ ਰੈਜ਼ਿਡੈਂਸ ਬਣੇ ਹੁੰਦੇ ਆ ਤੁਸੀਂ ਬਈ ਗਿਆਜੀ ਪਰਕੇ ਜੋ पार्किंग नहीं लगा सकते सवाल आपका ये फालसो हो गया सवाल नंबर एट के भी आपको क्या कन्फ्यूज़ करेगा देखो जी लोगों ने से इतने बने जितर वगैरह होंगे मकान होंगे ने कहते पार्किंग नहीं लगा सकते भाई पार्किंग कर सकने कौन नहीं कर सकते तो इसको हम क्या करेंगे फाल्सो करेंगे जी यह आज का जो टॉपिक बहुत अहम है जी आगे बढ़ी चलेंगे चैप्टर नंबर चार की हमारी चैप्टर नंबर चौबीस हमारा स्टार्ट है जी आखिरी आखिरी इंशाल्लाह हम चैप्टर पढ़ रहे हैं और नेक्स्ट वीक फॉर एग्जांपल जुम्मे वाले दिन हम या हफ्ते वाले दिन हमारी किताब दोबारा से स्टार्ट हो जाएगी पहले चैप्टर से जी तो ठीक हो गया जी आगे भाई चलेंगे पेज नंबर आपका आठ सौ नानवे नंबर खाल हो गया आठ सौ नब्बे की स्टडी करेंगे जी